मैं जीवन मीरपुरिया MM न्यूज़ के सारे दर्शकों का एक बार फिर स्वागत करता हाँ। अते जिस तरह हर बार मैं तुहाडे नाल वादा करता हाँ कि असी तुहानू नवें नवें वैबसाय नाल जरूर जाणू करवाउंदे रहांगे तां कि तुहाडी नॉलेज विच भी वाधा हुंदा रहे। अते अज MM न्यूज़ मानसा की टीम पहुँची है मानसा की उस कलोनी विच जो मानसा अते इलाका निवासियों नू उन्हां दे सपनियां दा घर देण वाले ने, मेरा मतलब भाव जन्नत इनकलेव। आओ तुहानू मिलाउणे आ जन्नत इनकलेव दे ओनर मिस्टर बाटला जी नाल। बाटला जी, MM न्यूज़ मानसा ते तुहाडा स्वागत है सर। धन्यवाद पहले तो जीवन जी तुहाडा बहुत बहुत और MM तुहाडे MM न्यूज़ चैनल का जिन्होंने सानू इस लायक समझा भी असी ਤੁਹਾਡੇ ਨਾਲ ਮਿਲ ਕੇ ਦੋ ਮਿੰਟ ਆਪਣੇ ਸ਼ਹਿਰ ਦੇ ਬੰਦਿਆਂ ਨਾਲ ਅਸੀਂ ਆਪਣੇ ਸ਼ਹਿਰ ਨਿਵਾਸੀਆਂ ਨਾਲ ਕੋਈ ਗੱਲ ਸਾਂਝੀ ਕਰ ਸਕੀਏ। ਮੇਰਾ ਇਸ ਟਾਊਨਸ਼ਿਪ ਨੂੰ ਵਸਾਉਣਾ ਇੱਕ ਮੇਰਾ ਸੁਪਨਾ ਹੈ। ਇੱਕ ਕਮਾਈ ਕਰਨਾ ਟਾਰਗੇਟ ਹੁੰਦਾ ਹਰ ਬਿਜ਼ਨਸਮੈਨ ਦਾ ਵੀ ਮੈਨੂੰ ਕਮਾਈ ਹੋਵੇ, ਪਰ ਮੇਰਾ ਇੱਕ ਡਰੀਮ ਪ੍ਰੋਜੈਕਟ ਸੀ ਵੀ ਮੈਂ ਆਪਣੇ ਸ਼ਹਿਰ ਲਈ ਕੁਛ ਕਰਾਂ ਜੀ। ਅਸੀਂ 10 ਸਾਲ ਵੱਲੋਂ ਅਲਵਿਦਾ ਕਹਿ ਚੁੱਕੇ ਸੀ 10 ਸਾਲ ਪਹਿਲਾਂ ਮਾਨਸਾ ਨੂੰ। ਉਸ ਤੋਂ ਬਾਅਦ ਜਾ ਕੇ ਪਰਮਾਤਮਾ ਨੇ ਬਾਂਹ ਫੜੀ, ਰੀਅਲ ਸਟੇਟ ਦਾ ਕੰਮ ਕੀਤਾ ਮੋਹਾਲੀ ਦੇ ਵਿੱਚ। ਬਹੁਤ ਤੁਹਾਡੇ ਤੁਸੀਂ ਮੈਨੂੰ ਛੋਟਾ ਭਰਾ ਕਹਿ ਸਕਦੇ ਹੋ ਆਪਣਾ, ਨਹੀਂ ਸੰਦੀਪ ਬਾਟਲਾ ਤੁਸੀਂ ਜਿਹਦਾ ਵੀ ਨਾਮ ਉੱਥੇ ਕਿਸੇ ਵੀ ਰੀਅਲ ਸਟੇਟ ਦੇ ਬੰਦੇ ਨਾਲ ਕੰਮ ਕਰੋਗੇ ਮੋਹਾਲੀ ਦੇ ਨਾਲ, ਜੇ ਮੇਰਾ ਨਾਮ ਲਉਂਗੇ ਜਾਂ ਮੇਰੀ ਕੰਪਨੀ ਦਾ ਨਾਮ ਲਉਂਗੇ, ਤੁਹਾਨੂੰ ਇੱਕ ਬੰਦਾ ਰਿਸਪੈਕਟਫੁਲ ਮਤਲਬ ਉੱਥੇ ਤੁਹਾਨੂੰ ਵਰਡ ਬੋਲੇਗਾ ਮੇਰੇ ਵਾਸਤੇ, ਮੇਰੀ ਕੰਪਨੀ ਵਾਸਤੇ, ਮੇਰੇ ਬ੍ਰਾਂਡ ਵਾਸਤੇ। ਤੁਹਾਡੇ ਤੋਂ ਪਹਿਲਾਂ ਮੈਂ ਵਿੱਚ ਦੀ ਕੱਟਦਾ, ਇਹ ਸਾਡੇ ਲਈ ਵੀ ਮਾਣ ਦੀ ਗੱਲ ਹੈ ਬਾਟਲਾ ਜੀ, ਸੰਦੀਪ ਬਾਟਲਾ ਜੀ, ਕਿ ਸਾਡੇ ਸ਼ਹਿਰ ਦਾ ਇੱਕ ਸ਼ਖਸ ਬਾਹਰਲੇ ਸ਼ਹਿਰ ਵਿੱਚ ਜਾ ਕੇ ਵੀ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਰਿਹਾ ਅਤੇ ਵਾਪਸ ਫਿਰ ਦੁਬਾਰਾ ਆਪਣੇ ਉਸੇ ਸ਼ਹਿਰ ਵਿੱਚ ਪਰਤਿਆ ਅਤੇ ਆਪਣੇ ਇਲਾਕਾ ਨਿਵਾਸੀਆਂ ਨੂੰ ਉਹਨਾਂ ਦੀਆਂ ਮੁੱਢਲੀਆਂ ਸਹੂਲਤਾਂ ਜੋ ਉਹਨਾਂ ਨੂੰ ਅੱਜ ਤੱਕ ਮਾਨਸਾ ਵਿੱਚ ਨਹੀਂ ਕੋਈ ਦੇ ਸਕਿਆ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਿਹਾ ਬਾਟਲਾ ਜੀ। ਇਸ ਲਈ ਮੈਂ ਦਿਲੋਂ ਤੁਹਾਡਾ ਧੰਨਵਾਦ ਕਰਦਾ ਅਤੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਤੁਹਾਡੇ ਮਾਧਿਅਮ ਰਾਹੀਂ ਜਾਣਕਾਰੀ ਦੇਣਾ ਚਾਹੁੰਦਾ ਕਿ ਇਸ ਸੁਪਨਿਆਂ ਦੇ ਮਹਿਲ ਕਲੋਨੀ ਜੰਨਤ ਇਨਕਲੇਵ ਵਿੱਚ ਤੁਸੀਂ ਲੋਕਾਂ ਨੂੰ ਕੀ ਸੁਵਿਧਾਵਾਂ ਦੇਣ ਜਾ ਰਹੇ। ਦੇਖੋ ਸਰ, ਇੱਕ ਕੋਲੋਨਾਈਜ਼ਰ ਦਾ ਸਭ ਤੋਂ ਪਹਿਲਾਂ ਡਰੀਮ ਹੁੰਦਾ ਵੀ ਮੈਂ ਇੱਕ ਅੱਛਾ ਪ੍ਰੋਜੈਕਟ ਬਣਾ ਕੇ ਇੱਕ ਅੱਛਾ ਪ੍ਰੋਡਕਟ ਲੋਕਾਂ ਨੂੰ ਡਿਲੀਵਰ ਕਰਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਇਹ ਜਿਹੜਾ ਮੈਂ ਪ੍ਰੋਜੈਕਟ ਹੈ ਆਪਣੀ ਕੰਪਨੀ ਦਾ ਬ੍ਰੈਂਡ ਨੇਮ ਜਿਹੜਾ ਹੈਗਾ ਸਮਾਰਟ ਮੂਵ ਗਰੁੱਪ। ਮੇਰੇ ਸਾਰੇ ਸਮਾਰਟ ਮੂਵ ਗਰੁੱਪ ਦੇ ਅੰਡਰ ਮੇਰੀਆਂ 6 ਕੰਪਨੀਆਂ ਨੇ ਜੋ ਕੰਮ ਕਰਦੀਆਂ, ਅਲੱਗ ਅਲੱਗ ਡੀਲਸ ਕਰਦੀਆਂ ਅਲੱਗ ਅਲੱਗ ਸੈਗਮੈਂਟ ਦੇ ਵਿੱਚ, ਪਰ 3 ਕੰਪਨੀਆਂ ਮੇਰੀਆਂ ਸਮਾਰਟ ਮੂਵ ਦੇ ਜਿਹੜੇ ਹੈਗੇ ਸਿੱਧੀਆਂ ਰੀਅਲ ਸਟੇਟ ਦੇ ਵਿੱਚ ਹੀ ਹੈ। ਸਮਾਰਟ ਮੂਵ ਹਾਊਸਿੰਗ ਪ੍ਰਾਈਵੇਟ ਲਿਮਿਟਡ ਜੋ ਇਸ ਪ੍ਰੋਜੈਕਟ ਨੂੰ ਜਨਤ ਇਨਕਲੇਵ ਨੂੰ ਕਰ ਰਹੀ ਹੈ, ਸਮਾਰਟ ਮੂਵ ਡਿਵੈਲਪਰਸ ਜੋ ਅਸੀਂ ਡਿਵੈਲਪ ਕਰਕੇ ਦਿੰਦੇ ਹਾਂ ਲੋਕਾਂ ਨੂੰ ਘਰ, ਬਿਲਡਿੰਗਾਂ, ਸ਼ੋਰੂਮ, ਕਿਸੇ ਨੂੰ ਫੈਕਟਰੀਜ਼, ਜੋ ਵੀ ਕੋਈ ਮਤਲਬ ਕੋਈ ਚੀਜ਼ ਕੰਸਟਰਕਟ ਕਰਵਾਉਂਦਾ ਸਾਡੇ, ਜੋ ਅਸੀਂ ਆਪਣੀਆਂ ਬਣਾ ਕੇ ਵੇਚਦੇ ਹਾਂ ਜਾਂ ਲੋਕਾਂ ਦਾ ਵੀ ਅਸੀਂ ਆਰਡਰ ਲੈ ਕੇ ਉਹਨਾਂ ਨੂੰ ਬਣਾ ਕੇ ਦਿੰਦੇ ਹਾਂ ਜਿਸ ਤਰ੍ਹਾਂ ਦੀ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ। ਦੈਨ ਉਸ ਤੋਂ ਬਾਅਦ ਆਉਂਦੀ ਹੈ ਸਾਡੀ ਸਮਾਰਟ ਮੂਵ ਰਿਐਲਿਟੀ ਪ੍ਰਾਈਵੇਟ ਲਿਮਿਟਡ, ਜੋ ਸਾਡੀ ਇੱਕ ਆਪਣੀ ਮਦਰ ਕੰਪਨੀ ਹੈ ਜਿਸ ਤੋਂ ਅਸੀਂ ਸਟਾਰਟ ਲਿਆ ਸਭ ਤੋਂ ਪਹਿਲਾਂ, ਜਿਹਨੂੰ ਅਸੀਂ ਤੁਹਾਡੀ ਹੋਂਦ, ਸਾਡੀ ਹੋਂਦ ਲਗਾ ਲਓ, ਕਿਉਂਕਿ ਅਸੀਂ ਮੋਹਾਲੀ ਦੇ ਵਿੱਚ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ ਸਮਾਰਟ ਮੂਵ ਰਿਐਲਿਟੀ ਪ੍ਰਾਈਵੇਟ ਲਿਮਿਟਡ ਦੇ ਨਾਂ 'ਤੇ, ਜੋ ਇੱਕ ਬ੍ਰੋਕਰੇਜ ਫਰਮ ਹੈ ਜੋ ਪੂਰੇ ਟਰਾਈ ਸਿਟੀ ਦੇ ਵਿੱਚ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਅਤੇ ਸਰਾਊਂਡਿੰਗ ਏਰੀਏ ਦੇ ਵਿੱਚ ਜੋ ਰੀਅਲ ਸਟੇਟ ਦੀ ਡੀਲ ਕਰਾਉਂਦੀ ਹੈ ਲੋਕਾਂ ਦੀ ਸੇਲ ਪਰਚੇਜ਼ ਦੇ ਵਿੱਚ, ਉਹਦੇ ਵਿੱਚ ਵੀ ਮੇਰੇ ਕੋਲ ਬਹੁਤ ਅੱਛੀ ਵੱਡੀ ਟੀਮ ਹੈ ਜੋ ਸਾਡੇ ਇਸ ਪੂਰੇ ਮੰਨ ਲਓ ਲੋਕਾਂ ਨੂੰ ਸਰਵਿਸ ਪ੍ਰੋਵਾਈਡ ਕਰਦੀ ਹੈ। ਕਿਸੇ ਦੀ ਪ੍ਰੋਪਰਟੀ ਵੇਚਣੀ ਹੈ, ਕਿਸੇ ਦੀ ਖਰੀਦਣੀ ਹੈ, ਬੈਠ ਕੇ ਉਹਨਾਂ ਦੀ ਆਪਸ ਦੇ ਵਿੱਚ ਡੀਲ ਕਰਾਉਂਦੀ ਹੈ ਬਹੁਤ ਓਨੈਸਟੀ ਨਾਲ, ਤੁਹਾਡੀ ਟੀਮ ਉਹਨਾਂ ਨੂੰ ਰਿਪ੍ਰੈਜ਼ੈਂਟ ਕਰਦੀ ਹੈ ਜੀ। ਤਾਂ ਹੁਣ ਅਸੀਂ ਸਮਾਰਟ ਮੂਵ ਹਾਊਸਿੰਗ ਦੇ ਅੰਡਰ ਆਪਣਾ ਜਿਹੜਾ ਅਸੀਂ ਕੰਮ ਲੈ ਕੇ ਆਏ ਜੀ, ਅਸੀਂ ਪ੍ਰੋਜੈਕਟ ਡਿਲੀਵਰ ਕਰਨੇ ਹੈ ਅਤੇ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਮੈਂ ਵੀ ਆਪਣੀ ਕੰਪਨੀ ਦੇ ਬੰਦਿਆਂ ਨਾਲ ਜਦੋਂ ਬੈਠਦਾ ਤਾਂ ਸਭ ਤੋਂ ਪਹਿਲਾਂ ਇੱਕ ਮੇਰਾ ਟਾਰਗੇਟ ਸੀ ਵੀ ਯਾਰ ਆਪਾਂ ਪਹਿਲਾਂ ਮੈਂ ਆਪਣੇ ਘਰ ਤੋਂ ਸ਼ੁਰੂ ਕਰਨਾ। ਬਿਲਕੁਲ। ਤਾਂ ਮੇਰਾ ਘਰ ਚਾਹੇ 10 ਸਾਲ ਪੁਰਾਣਾ ਹੁਣ ਅਸੀਂ ਮੋਹਾਲੀ ਚਲੇ ਗਏ ਹਾਂ, ਪਰ ਮੇਰਾ ਜਿਹੜਾ ਜੰਪਲ ਜਿੱਥੋਂ ਦਾ ਮੈਂ ਹੈਗਾ, ਜਿੱਥੇ ਮੇਰੇ ਪੂਰਵਜਾਂ ਜਿੱਥੇ ਬਚਪਨ ਗੁਜ਼ਰਿਆ, ਜਿੱਥੇ ਮੇਰੇ ਪੂਰਵਜਾਂ ਦੇ ਜਿੱਥੇ ਜੜ੍ਹਾਂ ਲੱਗੀਆਂ ਹੋਈਆਂ, ਜਿੱਥੋਂ ਮੈਨੂੰ ਲੋਕਾਂ ਦਾ ਇੰਨਾ ਪਿਆਰ ਸਤਿਕਾਰ ਮਿਲ ਰਿਹਾ, ਤਾਂ ਮੈਂ ਕੋਸ਼ਿਸ਼ ਕੀਤੀ ਵੀ ਸਭ ਤੋਂ ਪਹਿਲਾਂ ਉੱਥੇ ਸ਼ੁਰੂ ਕਰੀਏ। ਇੱਥੋਂ ਦੀ ਸਭ ਤੋਂ ਪਹਿਲਾਂ ਦੇਖੋ ਇੱਕ ਟਾਰਗੇਟ ਹੁੰਦਾ ਇੱਕ ਬਿਲਡਰ ਦਾ ਵੀ, ਯਾਰ ਮੈਂ ਪੈਸੇ ਲਗਾਉਣੇ ਔਰ ਪੈਸੇ ਕਮਾਉਣੇ ਆ। ਬਿਲਕੁਲ। ਮੇਰਾ ਉਹ ਟਾਰਗੇਟ ਨਹੀਂ ਜੀ, ਮੇਰਾ ਸਭ ਤੋਂ ਪਹਿਲਾਂ ਅਨੈਲਿਸਿਸ ਸੀ ਵੀ ਸਾਡੇ ਸ਼ਹਿਰ ਦੇ ਵਿੱਚ ਕਿਸ ਕਿਸ ਚੀਜ਼ਾਂ ਦੀ ਜ਼ਰੂਰਤ। ਮਤਲਬ ਤੁਹਾਡੇ ਸੁਪਨਿਆਂ ਦਾ ਜੰਨਤ ਇਨਕਲੇਵ ਹੈ। ਜੰਨਤ ਇਨਕਲੇਵ ਮਾਨਸਾ ਵਾਸੀਆਂ ਦੇ ਸੁਪਨਿਆਂ ਦਾ ਤਾਂ ਹੈ ਹੀ, ਲੇਕਿਨ ਤੁਹਾਡਾ ਡਰੀਮ ਪ੍ਰੋਜੈਕਟ। ਡਰੀਮ ਪ੍ਰੋਜੈਕਟ। ਓਕੇ। ਸਭ ਤੋਂ ਪਹਿਲਾਂ ਅਸੀਂ ਸੋਚਿਆ ਵੀ ਯਾਰ ਲੋਕਾਂ ਨੂੰ ਇੱਕ ਅੱਛਾ ਲਾਈਫ ਸਟਾਈਲ, ਇੱਕ ਅੱਛਾ ਲਿਵਿੰਗ ਪਲੇਸ ਦੇਣਾ ਚਾਹੀਦਾ, ਜਿਹਨੂੰ ਅਸੀਂ ਬਹੁਤ ਅੱਛੇ ਤਰੀਕੇ ਨਾਲ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਨਹੀਂ ਲੱਗਦਾ ਸੀ ਇਸ ਕੋਈ ਪ੍ਰੋਡਕਟ ਦੇ ਵਿੱਚ ਕੋਈ ਕਮੀ ਛੱਡੀ ਹੈ, ਪਰ ਫਿਰ ਵੀ ਅਸੀਂ ਹਮੇਸ਼ਾ ਖੁੱਲ੍ਹੇ ਮਨ ਨਾਲ ਕਹਿੰਦੇ ਹਾਂ ਵੀ ਜੇ ਕੋਈ ਤੁਹਾਨੂੰ ਲੱਗਦਾ ਇਹਦੇ ਵਿੱਚ ਕੋਈ ਹੋਰ ਅਮੈਂਡਮੈਂਟ ਕਰਨੀ ਚਾਹੀਦੀ ਸੀ ਇਸ ਪ੍ਰੋਜੈਕਟ ਦੇ ਵਿੱਚ ਜਾਂ ਕੁਛ ਅਸੀਂ ਹੋਰ ਕੁਛ ਕਰੀਏ ਕ੍ਰੀਏਟ ਨਵਾਂ, ਤਾਂ ਅਸੀਂ ਹਰ ਟਾਈਮ ਓਪਨ ਮਾਈਂਡ ਨਾਲ ਤੁਹਾਨੂੰ ਕਹਿੰਦੇ ਹਾਂ ਵੀ ਸਾਨੂੰ ਕੋਈ ਆ ਕੇ ਰਹਿ ਦਿਓ, ਅਸੀਂ ਉਹਨੂੰ ਇੰਪਲੀਮੈਂਟ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਨਾ ਅਸੀਂ ਕਦੇ ਇੱਥੇ ਪੈਸੇ ਲਾਉਣ ਦੀ ਪਰਵਾਹ ਕਰਦੇ ਹਾਂ ਜੀ,
ਨਾ ਅਸੀਂ ਕੋਈ ਚੰਗੀ ਚੀਜ਼ ਜੇ ਸਾਨੂੰ ਸਮਝ ਵੀ ਆਉਂਦੀ ਹੈ ਕਿਤੇ ਅਸੀਂ ਦੂਰ ਦੁਰਾਡੇ ਵੱਡੇ ਸ਼ਹਿਰਾਂ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਗੁੜਗਾਓਂ ਨੋਇਡਾ ਫਰੀਦਾਬਾਦ ਮੋਹਾਲੀ ਚੰਡੀਗੜ੍ਹ ਤਾਂ ਅਸੀਂ ਨੋਰਮਲੀ ਹੈ ਸਾਡੇ ਲਈ ਤਾਂ ਅਸੀਂ ਦੇਖਦੇ ਹਾਂ ਯਾਰ ਕੁਛ ਚੀਜ਼ ਉੱਥੇ ਯਾਰ ਬੈਟਰ ਹੈ ਆਪਾਂ ਕਿਉਂ ਨਾ ਆਪਣੇ ਪ੍ਰੋਜੈਕਟ ਦੇ ਵਿੱਚ ਲੈ ਕੇ ਜਾਈਏ। ਮੇਰੀ ਜਾਣਕਾਰੀ ਮੁਤਾਬਕ ਸ਼ਾਇਦ ਤੁਸੀਂ ਜੋ ਕਲੋਨੀ ਦੇ ਵਿੱਚ ਬੱਸ ਰਹੇ ਲੋਕ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਬੱਸਣ ਵਾਲੇ ਨੇ ਉਹਨਾਂ ਨੂੰ ਪਲੇ ਗਰਾਊਂਡ ਵਗੈਰਾ ਵੀ ਬਣਾ ਕੇ ਦੇ ਰਹੇ ਹੋ। ਹਾਂਜੀ ਹਾਂਜੀ, ਤੁਹਾਨੂੰ 10 ਮਿੰਟ ਪਹਿਲਾਂ ਹੀ ਤੁਸੀਂ ਮੈਨੂੰ ਕਿਹਾ ਕਿ ਅਸੀਂ ਬੈਡਮਿੰਟਨ ਗਰਾਊਂਡ ਵੀ ਬਣਾਉਣ ਜਾ ਰਹੇ ਹਾਂ। ਹਾਂਜੀ ਹਾਂਜੀ, ਮੇਰੀ ਇੱਕ ਤੁਹਾਨੂੰ ਬੇਨਤੀ ਅਗਰ ਤੁਸੀਂ ਬੈਡਮਿੰਟਨ ਗਰਾਊਂਡ ਬਣਾਉਣ ਜਾ ਰਹੇ ਹੋ ਤਾਂ ਇਨਡੋਰ ਬਣਾਇਓ ਕਿਉਂਕਿ ਆਊਟਡੋਰ ਦੇ ਵਿੱਚ ਗੇਮ ਲੱਗਣ ਦਾ ਕੋਈ ਬਾਹਲਾ ਵਧੀਆ ਸਿਸਟਮ ਨਹੀਂ। ਚਲੋ ਤੁਹਾਡੀ ਦੇਖੋ ਤੁਸੀਂ ਇੱਕ ਪ੍ਰਪੋਜ਼ਲ ਸਾਡੇ ਨਾਲ ਸ਼ੇਅਰ ਕੀਤੀ ਹੈ, ਮੈਂ ਵੀ ਬੈਠਦਾ ਆਪਣੇ ਆਰਕੀਟੈਕਟ ਨਾਲ ਸਿਸਟਮ ਬਣਾਉਂਦੇ ਵੀ ਕੀ ਪੋਸੀਬਿਲਟੀ ਬਣ ਸਕਦੀ ਹੈ, ਪਰ ਅਸੀਂ ਇਸ ਪੂਰੇ ਮਤਲਬ ਕੈਂਪਸ ਨੂੰ ਇੱਕ ਬਹੁਤ ਅੱਛੇ ਤਰੀਕੇ ਨਾਲ ਇੱਕ ਫੈਮਿਲੀਅਰ ਮਾਹੌਲ ਬਣਾਇਆ ਵੀ ਜੇ ਮੈਂ ਵੀ ਆਪਣਾ ਘਰ ਬਣਾ ਕੇ ਰਹਿਣਾ ਹੋਵੇ ਤਾਂ ਇਸ ਤੋਂ ਸੇਫੈਸਟ ਏਰੀਆ ਨਾ ਹੋਵੇ, ਕੋਈ ਸਿਕਿਉਰਿਟੀ ਵਜੋਂ ਕੋਈ ਦਿੱਕਤ ਨਾ ਹੋਵੇ, ਬੱਚਿਆਂ ਨੂੰ ਕਿਤੇ ਪਲੇ ਕਰਨ ਲਈ ਕੁਝ ਖੇਡਣ ਲਈ ਆਪਣੇ ਬਚਪਨ ਨੂੰ ਬਾਹਰ ਤਰੀਕੇ ਨਾਲ ਇੰਜੋਏ ਕਰਨ ਲਈ ਬਾਹਰ ਜਾਣ ਦੀ ਜ਼ਰੂਰਤ ਨਾ, ਮੂਲਭੂਤ ਸੁਵਿਧਾਵਾਂ ਜੋ ਤੁਸੀਂ ਸਾਰੀਆਂ ਇੱਥੇ ਦੇਣੀਆਂ ਚਾਹੁੰਦੇ ਹੋ। ਦੇਖੋ ਮੈਂ ਇੱਥੇ 3 ਚੀਜ਼ਾਂ ਦੇ ਉੱਪਰ ਫੋਕਸ ਕੀਤਾ ਜੀ, ਸਭ ਤੋਂ ਪਹਿਲਾਂ ਤਾਂ ਬੱਚੇ ਆਪਣੇ ਬਚਪਨ ਨੂੰ ਅੱਛੇ ਤਰੀਕੇ ਨਾਲ ਖੇਡ ਸਕਣ, ਬਜ਼ੁਰਗ ਆਪਣੇ ਬਜ਼ੁਰਗੀ ਵਾਲੇ ਟਾਈਮ ਦੇ ਵਿੱਚ ਅੱਛੇ ਆਪਣੇ ਸਾਥੀਆਂ ਨਾਲ ਅੱਛਾ ਇੰਜੋਏ ਕਰ ਸਕਣ, ਉਹਨਾਂ ਨੂੰ ਕੋਈ ਹੈਸਲ ਨਾ ਹੋਵੇ ਆਫਟਰ ਰਿਟਾਇਰਮੈਂਟ। ਆਫਟਰ ਰਿਟਾਇਰਮੈਂਟ, ਔਰ ਜਿਹੜਾ ਮੇਰੇ ਵਰਗਾ ਅੱਜ ਅੱਧੀ ਉਮਰ ਦੇ ਵਿੱਚ ਆ, ਨਾ ਉਹ ਜਵਾਨ ਹੈ ਅਤੇ ਨਾ ਉਹ ਬੁਢਾਪੇ 'ਚ ਹੈ, ਉਹ ਮਿਡਲ ਮੈਨ ਆ, ਜੋ ਉਹਨੂੰ ਉਹਦੀ ਵਾਈਫ ਦੀ ਵੀ ਸੇਮ ਏਜ ਆ ਔਰ ਉਹਦੀ ਆਪਣੀ ਵੀ ਸੇਮ ਏਜ ਹੈ, ਤਾਂ ਉਹਨਾਂ ਨੂੰ ਵੀ ਇੱਕ ਅੱਛਾ ਮਾਹੌਲ ਬਣ ਸਕੇ। ਨਾ ਅਸੀਂ ਜਵਾਨ ਹਾਂ ਨਾ ਅਸੀਂ ਬੁੜੇ ਹਾਂ, ਨਾ ਅਸੀਂ ਬੁੜੇ ਹਾਂ, ਬਿਲਕੁਲ। ਅਸੀਂ ਕਬੀਲਦਾਰੀ ਦਾ ਬਹੁਤ ਚੱਕਿਆ ਹੋਇਆ ਹੁਣ, ਕਿਉਂਕਿ ਹਰ ਬੰਦੇ ਦਾ ਇੱਕ 50 ਸਾਲ ਤੱਕ ਏਜ ਹੁੰਦੀ ਹੈ, ਸਰਕਾਰ ਵੀ ਕਹਿੰਦੀ 58 ਸਾਲ ਤੋਂ ਬਾਅਦ ਰਿਟਾਇਰਮੈਂਟ ਲੈ ਲਓ, 58 ਸਾਲ ਤੱਕ ਬੰਦਾ ਭਟਕਦਾ ਹੀ ਰਹਿੰਦਾ ਆਪਣੇ ਬਿਜ਼ਨਸ ਨੂੰ ਲੈ ਕੇ, ਆਪਣੇ ਪਰਿਵਾਰ ਨੂੰ ਸੈਟਲ ਕਰਨ ਲਈ, ਮਾਂ ਪਿਓ ਨੂੰ ਸੇਵਾ ਕਰਨੀ ਹੈ, ਬੱਚਿਆਂ ਦਾ ਭਵਿੱਖ ਸੋਚਣਾ, ਤਾਂ ਹਰ ਬੰਦੇ ਨੂੰ ਆਪਣੇ ਲਈ ਟਾਈਮ ਨਹੀਂ ਮਿਲਦਾ, ਨਾ ਉਹਨੂੰ ਟਾਈਮ ਮਿਲਦਾ ਕਿਤੇ ਸੋਸ਼ਲੀ, ਨਾ ਉਹਨੂੰ ਟਾਈਮ ਮਿਲਦਾ ਆਪਣੀ ਫਿਟਨੈਸ ਲਈ, ਨਾ ਉਹਨੂੰ ਟਾਈਮ ਮਿਲਦਾ ਕਿਸੇ ਹੋਰ ਕੰਮ ਲਈ। ਤਾਂ ਹਰ ਬੰਦਾ ਆਪਣੇ ਘਰ ਪਹੁੰਚ ਕੇ ਬਸ ਜਾ ਕੇ 2 ਰੋਟੀਆਂ ਖਾ ਸਕਦਾ, ਆਪਣੇ ਪਰਿਵਾਰ ਨਾਲ 10 ਮਿੰਟ ਖੇਡ ਸਕਦਾ, ਔਰ ਉਸ ਤੋਂ ਬਾਅਦ ਜਾ ਕੇ ਸੌਂ ਕੇ ਆਪਣੇ ਆਪ ਨੂੰ ਟਾਈਮ ਸਪੈਂਡ ਕਰਦਾ। ਉਹਦੀ ਫਿਟਨੈਸ ਲਈ ਇੰਤਜ਼ਾਮ ਕੀਤਾ, ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਰ, ਇਕੱਲਾ ਪਲੇ ਗਰਾਊਂਡ ਬਣਾਉਣਾ ਹੀ ਮੇਰਾ ਟਾਰਗੇਟ ਨਹੀਂ ਸੀ, ਹਰ ਚੀਜ਼ ਨੂੰ ਟਾਰਗੇਟ ਕੀਤਾ ਸਾਡੀ ਕੰਪਨੀ ਨੇ। ਇਹਦੇ ਵਿੱਚ ਅਸੀਂ ਇਸ ਪੂਰੇ ਕੈਂਪਸ ਦੇ ਵਿੱਚ 6 ਗ੍ਰੀਨ ਏਰੀਆ ਬਣਾ ਰਹੇ ਹਾਂ, ਜਿਹਨੂੰ ਆਪਾਂ 6 ਪਾਰਕ ਕਹਿ ਸਕਦੇ ਹਾਂ ਜੀ। ਹਰ ਪਾਰਕ ਦੀ ਅਲੱਗ ਅਲੱਗ ਫੈਸਿਲਿਟੀ ਔਰ ਅਲੱਗ ਅਲੱਗ ਨਾਮ ਰੱਖਿਆ ਉਹਦਾ ਪਾਰਕ ਦਾ। ਸਭ ਤੋਂ ਪਹਿਲਾ ਪਾਰਕ ਹੈ ਜੀ ਫਾਊਂਟੇਨ ਪਾਰਕ ਦਾ ਅਸੀਂ ਨਾਮ ਰੱਖਿਆ ਹੈ ਜੀ, ਤੁਸੀਂ ਜਾਓਗੇ 24 ਘੰਟੇ ਤੁਹਾਨੂੰ ਮਿਊਜ਼ਿਕ ਚੱਲਦਾ ਦਿਖੂਗਾ, ਫਾਊਂਟੇਨ ਚੱਲਦੇ ਦੇਖਣਗੇ। ਇੰਨੇ ਅੱਛੇ ਅਸੀਂ ਮਤਲਬ ਉਹਦੇ 'ਚ ਪਲਾਂਟੇਸ਼ਨ ਕੀਤੀ ਹੈ, ਇੰਨੀ ਅੱਛੀ ਲੈਂਡਸਕੇਪਿੰਗ ਕੀਤੀ ਹੈ। ਮੇਰੀ ਤੁਹਾਨੂੰ ਬੇਨਤੀ ਹੈ ਵੀ ਕਿ ਅਗਰ ਜੋ ਤੁਸੀਂ ਸਾਨੂੰ ਇੱਥੇ ਬੈਠ ਕੇ ਦੱਸ ਰਹੇ ਹੋ ਵੀ ਕਿਉਂ ਨਾ ਆਪਾਂ ਰੂਬਰੂ ਉਸ ਪਾਰਕ ਦੇ ਆਪਾਂ ਵਿਜ਼ਿਟ ਕਰੀਏ ਅਤੇ ਉਸ ਪਲੇਸ 'ਤੇ ਜਾ ਕੇ ਤੁਸੀਂ ਸਾਨੂੰ ਉਹਨਾਂ ਬਾਰੇ ਜਾਣਕਾਰੀ। ਮੇਰਾ ਬਹੁਤ ਵੱਡਾ ਸੌਭਾਗਿਆ ਹੋਊਗਾ ਵੀ ਜੇ ਤੁਸੀਂ ਮੇਰੀ ਕਲੋਨੀ ਦੇ ਵਿੱਚ ਤੁਸੀਂ ਚਰਨ ਪਾਓਗੇ ਤੇ ਤੁਹਾਨੂੰ ਆਪਣੇ ਆਪ ਪ੍ਰਾਊਡ ਹੋਊਗਾ ਵੀ ਹਾਂ ਯਾਰ ਵੀ ਇਹ ਕਲੋਨੀ ਸਾਡੇ ਮਾਨਸਾ ਦੇ ਵਿੱਚ। ਨਹੀਂ ਨਹੀਂ, ਸਾਨੂੰ ਮਾਣ ਹੈ ਕਿ ਸਾਡੇ ਮਾਨਸਾ ਵਾਸੀ ਨੇ ਸਾਡੇ ਲਈ ਇੱਕ ਅਜਿਹਾ ਸੁਪਨਿਆਂ ਦਾ ਮਾਇਲ ਬਣਾ ਕੇ ਦੇ ਰਹੇ ਹਨ ਜੋ ਕੋਈ ਵਿਅਕਤੀ ਤਾਂ ਹੈ ਜੋ ਸਾਡੇ ਆਉਣ ਵਾਲੀ ਪੀੜ੍ਹੀ ਲਈ ਸੋਚ ਰਿਹਾ। ਬਿਲਕੁਲ, ਇਹ ਅਸੀਂ ਬਹੁਤ ਅੱਛੇ ਆਉਣ ਵਾਲੇ ਫਿਊਚਰ ਨੂੰ ਸੋਚ ਕੇ ਕੀਤਾ ਜੀ। ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਸਿਕਿਉਰਿਟੀ ਦੀ ਪ੍ਰੋਪਰ ਜ਼ਰੂਰਤ ਹੈ, ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਪਲੇਇੰਗ ਏਰੀਆ ਦੀ ਜ਼ਰੂਰਤ ਹੈ, ਆਪਣੇ ਫਿਟਨੈਸ ਲਈ ਜ਼ਰੂਰਤ ਹੈ, ਹਰ ਚੀਜ਼ ਲਈ ਤੁਹਾਨੂੰ ਜ਼ਰੂਰਤ ਹੈ। ਤੁਹਾਨੂੰ ਮੂਵੀ ਥੀਏਟਰ ਦੇਖਣ ਲਈ, ਕੋਈ ਹੋਮ ਥੀਏਟਰ ਦੇਖਣ ਲਈ, ਕੋਈ ਤੁਹਾਨੂੰ ਕਿਤੇ ਬਾਹਰ ਨਹੀਂ ਜਾਣਾ ਪੈਣਾ, ਘਰ ਦੇ ਵਿੱਚ ਹੀ ਇੰਤਜ਼ਾਮ ਕਰਦਾ। ਮੇਰੀ ਜਾਣਕਾਰੀ ਮੁਤਾਬਕ ਸ਼ਾਇਦ ਤੁਸੀਂ ਮਾਨਸਾ ਵਾਸੀਆਂ ਨੂੰ ਸੁਪਨਿਆਂ ਦੇ ਮਹਿਲ ਤੋਂ ਇਲਾਵਾ ਇੱਕ ਸਦਰ ਬਾਜ਼ਾਰ ਦੀ ਸੁਵਿਧਾ ਵੀ ਦੇਣ ਜਾ ਰਹੇ ਹੋ ਜੋ ਕਿ ਪੰਜਾਬ ਦੇ ਵਿੱਚ ਇੱਕ ਵੱਖਰੇ ਕਿਸਮ ਦਾ ਬਾਜ਼ਾਰ ਹੋਵੇਗਾ ਕਿ ਜਿੱਥੇ ਟੌਪ ਬ੍ਰੈਂਡਸ, ਇੰਡੀਅਨ ਨਹੀਂ ਬਾਹਰਲੇ ਬ੍ਰੈਂਡਸ ਵੀ ਇੱਥੇ ਸ਼ਾਇਦ ਲੋਕਾਂ ਨੂੰ ਮਿਲਣ ਲੱਗ ਜਾਏ। ਦੇਖੋ ਮੇਰੀ ਕੰਪਨੀ ਨੇ ਸਭ ਤੋਂ ਪਹਿਲਾਂ ਐਨਾਲਿਸਿਸ ਕੀਤਾ ਸੀ ਵੀ ਮਾਨਸਾ 'ਚ 3 ਚੀਜ਼ਾਂ ਦੀ ਸਭ ਤੋਂ ਵੱਧ ਜ਼ਰੂਰਤ ਹੈ। ਅੱਛੀ ਬੈਟਰ ਲਿਵਿੰਗ ਲਈ ਰੈਜੀਡੈਂਸ਼ੀਅਲ ਏਰੀਆ ਚਾਹੀਦਾ, ਅੱਛਾ ਬਿਜ਼ਨਸ ਕਰਨ ਲਈ ਇੱਕ ਅੱਛਾ ਪ੍ਰੋਪਰ ਜਿਹਦੀ ਕਨੈਕਟੀਵਿਟੀ ਬੈਟਰ ਹੋਵੇ, ਪਾਰਕਿੰਗ ਦਾ ਇੰਤਜ਼ਾਮ ਹੋਵੇ, ਇੱਕ ਨਾਲ ਦਾ ਸ਼ੋਰੂਮ ਦੇਖਣ ਲੋਕਾਂ ਦੇ, ਹਰ ਬਿਜ਼ਨਸ ਉਸ ਏਰੀਏ ਦੇ ਵਿੱਚ ਇੱਕੋ ਹੀ ਏਰੀਏ ਦੇ ਵਿੱਚ ਮਿਲੇ, ਉਹਨੂੰ ਅਲੱਗ ਅਲੱਗ ਏਰੀਏ ਦੇ ਵਿੱਚ ਜਾ ਕੇ ਭਟਕਣਾ ਨਾ ਪਵੇ, ਇੱਕ ਬਿਜ਼ਨਸ ਹੱਬ ਚਾਹੀਦੀ ਹੈ। ਇੱਕ ਅਸੀਂ ਸੋਚ ਰਹੇ ਹਾਂ ਵੀ ਯਾਰ ਵੀ ਜੇ ਸਾਡੇ ਏਰੀਏ ਦੇ ਵਿੱਚ ਇੰਡਸਟਰੀ ਬਿਖਰੀ ਹੋਈ ਹੈ ਤਾਂ ਅਸੀਂ ਉਸ ਨੂੰ ਕੋਈ ਪਲਾਨ ਕਰ ਸਕੀਏ ਵੀ ਆਉਣ ਵਾਲੇ ਫਿਊਚਰ ਦੇ ਵਿੱਚ, ਕੋਈ ਜਿਸ ਤਰ੍ਹਾਂ ਗੁਜਰਾਤ ਦੇ ਵਿੱਚ ਇੰਡਸਟਰੀਅਲ ਏਰੀਆ ਗੌਰਮੈਂਟ ਵੱਲੋਂ ਕੱਢਿਆ ਹੋਇਆ ਵੀ ਅਗਰ ਇੰਡਸਟਰੀ ਲੱਗੇਗੀ ਤਾਂ ਪਰਟੀਕੂਲਰ ਇਸੇ ਏਰੀਏ 'ਚ ਲੱਗੇਗੀ, ਅਦਰਵਾਈਜ਼ ਰੈਜੀਡੈਂਸ਼ੀਅਲ ਏਰੀਏ ਦੇ ਵਿੱਚ ਬੈਨ। ਜਿਸ ਤਰ੍ਹਾਂ ਆਪਣੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਤੁਸੀਂ ਦੇਖਦੇ ਹੋਗੇ ਕਿਸੇ ਗਲੀ ਦੇ ਵਿੱਚ ਕੂਲਰਾਂ ਦੀ ਫੈਕਟਰੀ ਲੱਗੀ ਹੈ, ਕਿਤੇ ਫਰਨੀਚਰ ਦੀ ਹੈ, ਕਿਤੇ ਰੀਪਰਾਂ ਦੀ ਹੈ। ਬਿਲਕੁਲ ਬਿਲਕੁਲ ਬਿਲਕੁਲ, ਸਾਡੇ ਮਾਨਸਾ ਸ਼ਹਿਰ ਦੀਆਂ ਵੀ ਬਹੁਤ ਅੱਛੀਆਂ ਅੱਛੀਆਂ ਇਹੋ ਜਿਹੇ ਪ੍ਰੋਡਕਟ ਨੇ ਜਿਹੜੇ ਬਾਹਰ ਜਾ ਕੇ ਵਿਕਦੇ ਨੇ ਬ੍ਰਾਂਡ, ਪਰ ਉਹ ਦਿਖਦੇ ਨਹੀਂ ਹੈ ਕਿਤੇ। ਬਿਲਕੁਲ ਠੀਕ ਹੈ, ਅਸੀਂ ਚਾਹੁੰਦੇ ਇੱਕ ਪ੍ਰੋਪਰ ਪੰਜਾਬ ਸਰਕਾਰ ਤੋਂ ਅਪਰੂਵਲ ਲੈ ਕੇ ਕੋਈ ਅਸੀਂ ਇੰਡਸਟਰੀਅਲ ਏਰੀਆ ਬਣਾਈਏ
ਮੇਰੀ ਜਾਣਕਾਰੀ ਮੁਤਾਬਕ ਕਈ ਇਹੋ ਜਿਹੀਆਂ ਕਲੋਨੀਆਂ ਹਨ ਜੋ ਕੰਮ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਦੀ ਅਪਰੂਵਲ ਲੈਣੀ ਸ਼ੁਰੂ ਕਰਦੇ ਆ। ਬਟ ਸੰਦੀਪ ਬਾਟਲਾ ਜੀ ਇੱਕ ਇਹੋ ਜਿਹੇ ਸ਼ਖਸ ਨੇ ਜੋ ਗੌਰਮੈਂਟ ਦੇ ਆ ਸਾਰੀਆਂ ਜੋ ਗਾਈਡਲਾਈਨਸ ਏ ਉਹਨਾਂ ਨੂੰ ਪਾਲਣ ਕਰਕੇ ਇਸ ਕਲੋਨੀ ਨੂੰ ਲੋਕਾਂ ਨੂੰ ਸੌਂਪਣ ਜਾ ਰਹੇ। ਦੇਖੋ ਸਰ, ਸਮਾਰਟ ਮੂਵ ਗਰੁੱਪ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੁੰਦਾ ਜਿਹਦੇ 'ਚ ਅਸੀਂ ਕਿਸੇ ਵੀ ਸਰਕਾਰ ਨਾਲ ਜਾਂ ਕਿਸੇ ਵੀ ਕਲਾਇੰਟ ਨਾਲ ਕੋਈ ਧੋਖਾ ਕਰੀਏ। ਅਸੀਂ ਇੱਕ ਅੱਛਾ ਪ੍ਰੋਡਕਟ ਦੇਣਾ ਚਾਹੁੰਦੇ ਹਾਂ ਜੋ ਲੌਂਗ ਲਾਈਫ, ਤੁਹਾਡੇ ਇੱਕ ਪ੍ਰੋਪਰਟੀ ਹੀ ਇੱਕ ਐਸਾ ਐਸਟ ਹੈ ਜਿਹੜਾ ਤੁਸੀਂ ਆਪਣੇ ਬੱਚਿਆਂ ਨੂੰ ਪੁਸ਼ਤਾਂ ਤੱਕ ਦਾ ਦੇ ਕੇ ਜਾਂਦੇ ਹੋ। ਔਰ ਜੇ ਉਸ ਪ੍ਰੋਪਰਟੀ ਦੇ ਕੋਈ ਲੀਗਲ ਕਾਗਜ਼ਾਂ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਜਾਂ ਬਿਲਡਰ ਦੇ ਲੈਵਲ 'ਤੇ ਕੋਈ ਦਿੱਕਤ ਆਉਂਦੀ ਹੈ ਤਾਂ ਤੁਹਾਡੇ ਲਈ ਉਹ ਟਰਬਲ ਦਾ ਕਾਰਨ ਬਣ ਜਾਂਦੀ ਹੈ ਔਰ ਤੁਹਾਡੇ ਬਜ਼ੁਰਗ ਬੱਚੇ ਕਹਿੰਦੇ ਨੇ ਬਿਲਕੁਲ ਬਿਲਕੁਲ ਜਦ ਤੱਕ ਪਤਾ ਨਹੀਂ ਸਾਡੇ ਪਿਤਾ ਜੀ ਸਾਨੂੰ ਕੀ ਯਾਰ ਪੁੱਠੀ ਸਿੱਧੀ ਜਦੋਂ ਤੱਕ ਕਲੋਨੀ ਚੱਲਦੀ ਹੁੰਦੀ ਹੈ ਉਦੋਂ ਤੱਕ ਓਨਰ ਪੂਰੀ ਉਹਦੀ ਦੇਖਭਾਲ ਕਰਦਾ, ਲੇਕਿਨ ਜਦੋਂ ਪੈਸੇ ਵੱਟੇ ਗਏ, ਪੈਸੇ ਜੇਬ ਦੇ ਵਿੱਚ, ਓਨਰ ਛੂ ਮੰਤਰ ਹੋ ਜਾਂਦਾ, ਰਹਿਣ ਵਾਲੇ ਬੰਦਿਆਂ ਨੂੰ ਬੜੀ ਪ੍ਰੋਬਲਮ ਆਉਂਦੀ। ਦੇਖੋ ਸਰ, ਅੱਜ ਦੀ ਡੇਟ ਦੇ ਵਿੱਚ ਸਰਕਾਰਾਂ ਦੀ ਵੀ ਸਖਤੀ ਹੋ ਗਈ ਹੋਈ ਹੈ ਔਰ ਸਾਡੇ ਲੋਕਾਂ ਨੂੰ ਜੇ ਆਪਣੇ ਬ੍ਰਾਂਡ ਨੂੰ ਅੱਛਾ ਲੈਵਲ 'ਤੇ ਲੈ ਕੇ ਜਾਣਾ ਵੀ ਇਸ ਕੰਪਨੀ ਦਾ ਨਾਮ ਜਿੱਥੇ ਆਵੇ, ਜਿੱਥੇ ਨਵਾਂ ਸਾਡਾ ਪ੍ਰੋਜੈਕਟ ਆਵੇ ਔਰ ਸਾਡੀ ਡੇ ਮਤਲਬ ਸੇਲ ਸ਼ੁਰੂ ਕਰਨ ਤੋਂ ਪਹਿਲਾਂ ਬੁੱਕ ਹੋ ਜਾਵੇ ਸਾਰਾ ਮਾਲ, ਤਾਂ ਅਸੀਂ ਉਸ ਲੈਵਲ ਦੀ ਆਪਣੀ ਵਰਕਿੰਗ ਕਰ ਰਹੇ ਹਾਂ। ਤੁਸੀਂ ਅੰਦਰ ਜਾਓਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗੇਗਾ। ਅਸੀਂ ਇਸ ਪ੍ਰੋਪਰਟੀ ਨੂੰ ਸਰਕਾਰ ਪੰਜਾਬ ਗੌਰਮੈਂਟ ਤੋਂ ਤਾਂ ਅਪਰੂਵ ਕਰਾਇਆ ਹੀ ਕਰਾਇਆ, ਰੇਰਾ ਤੋਂ ਵੀ ਅਪਰੂਵਲ ਲੈ ਲਈ ਹੋਈ ਹੈ। ਵੈਰੀ ਗੁੱਡ। ਔਰ ਜੇ ਤੁਸੀਂ ਜਾਓਗੇ ਤਾਂ ਬਾਹਰ ਰੇਰਾ ਦਾ ਤੁਹਾਨੂੰ ਨੰਬਰ ਵੀ ਦੇਵਾਂਗੇ, ਲਾਇਸੈਂਸ ਨੰਬਰ ਪਤਾ ਲੱਗਦਾ ਵੀ ਇਹ ਰੇਰਾ ਤੋਂ ਅਪਰੂਵ ਕਲੋਨੀ ਹੈ ਔਰ ਹਰ ਬੰਦਾ ਜੋ ਵੀ ਇੱਥੇ ਆ ਰਿਹਾ, ਐਜੂਕੇਟਡ ਲੋਕ ਇੱਥੇ ਸਾਡੇ ਤੋਂ ਪ੍ਰੋਪਰਟੀ ਖਰੀਦ ਰਹੇ ਨੇ, ਘਰ ਬਣਾ ਰਹੇ ਨੇ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜੀ। ਜਿੰਨੇ ਲੋਕ ਸਾਡੇ ਨਾਲ ਆਉਂਦੇ ਨੇ ਔਰ ਹਰ ਬੰਦਾ ਇੱਕੋ ਗੱਲ ਕਹਿੰਦਾ ਵੀ ਸਰ, ਅਸੀਂ ਤੁਹਾਡੇ ਇਸ ਚੀਜ਼ ਨੂੰ ਦੇਖ ਕੇ ਬੜਾ ਖੁਸ਼ ਹੁੰਦੇ ਹਾਂ ਯਾਰ ਵੀ ਤੁਸੀਂ ਪ੍ਰੋਪਰ ਪੂਰੀਆਂ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਮੈਨੂੰ ਲੋਕਾਂ ਦੇ ਜ਼ਰੀਏ ਜਾਂ ਜੋ ਵੀ ਦੇਖੋ ਰਿਊਮਰ ਹਰ ਚੀਜ਼ ਦਾ ਹੁੰਦਾ, ਮਾੜਾ ਵੀ ਚੰਗਾ ਵੀ, ਲੇਕਿਨ ਐਟ ਪ੍ਰੈਜੈਂਟ ਮਾਰਕੀਟ ਦੇ ਵਿੱਚ ਇਹ ਰਿਊਮਰ ਹੈ ਵੀ ਅਗਰ ਸੰਦੀਪ ਬਾਟਲਾ ਜੀ ਆ ਕੋਲੇ ਜਾਂ ਉਹਨਾਂ ਦੇ ਗਰੁੱਪ ਕੋਲੇ ਉਹਨਾਂ ਦੀ ਇੱਕ ਕੋਠੀ ਵਿਕਦੀ ਹੈ, ਉਹਨਾਂ ਕੋਲੇ ਮਤਲਬ 10 ਲੱਖ ਹੁੰਦਾ, ਤਾਂ ਉਹ 10 ਦਾ 10 ਗੁਣਾ ਹੋਰ ਕਰਕੇ ਮਤਲਬ 1 ਕਰੋੜ ਰੁਪਇਆ ਹੋਰ ਕਲੋਨੀ 'ਤੇ ਇਨਵੈਸਟ ਕਰਨਾ ਪਸੰਦ ਕਰਦੇ ਨੇ, ਨਾ ਕਿ ਉਹ 10 ਲੱਖ ਜੇਬ 'ਚ ਪਾਉਣਾ ਪਸੰਦ ਕਰਦੇ। ਦੇਖੋ ਸਰ, ਅਸੀਂ ਤੁਹਾਨੂੰ ਇੱਕ ਨਾਮ ਦਿੱਤਾ ਵੀ ਅਸੀਂ ਇਸ ਪ੍ਰੋਜੈਕਟ ਨੂੰ ਆਪਣਾ ਇੱਕ ਡ੍ਰੀਮ ਪ੍ਰੋਜੈਕਟ ਬਣਾ ਰਹੇ ਹਾਂ। ਅਸੀਂ ਚਾਹੁੰਦੇ ਹਾਂ ਵੀ ਜਿਸ ਦਿਨ ਅਸੀਂ ਕਿਸੇ ਨਵੇਂ ਸ਼ਹਿਰ ਦੇ ਵਿੱਚ ਆਪਣੀ ਪ੍ਰੋਜੈਕਟ ਨੂੰ ਨਵੇਂ ਨੂੰ ਲਾਂਚ ਕਰੀਏ ਤਾਂ ਪਹਿਲਾਂ ਕਹੀਏ ਮਾਨਸਾ ਜਾ ਕੇ ਯਾਰ ਜੰਨਤ ਨਿਕਲੇ ਗਰਾਊਂਡ ਲਾ ਕੇ ਦੇਖ ਕੇ ਆਓ, ਤਾਂ ਜੇ ਅਸੀਂ ਉਸ ਨੂੰ ਇੱਕ ਮਾਡਲ ਦੇ ਰੂਪ 'ਚ ਬਣਾਵਾਂਗੇ ਤਾਂ ਸਾਡੀ ਫੇਰ ਹੀ ਕਿਤੇ ਪ੍ਰਸ਼ੰਸਾ ਹੋਏਗੀ ਨਾ ਜੀ, ਰੋਲ ਮਾਡਲ। ਠੀਕ ਹੈ ਜੀ, ਜੇ ਅਸੀਂ ਆਪਣਾ ਅੱਜ ਦੀ ਡੇਟ ਦੇ ਵਿੱਚ ਪਹਿਲਾਂ ਬ੍ਰਾਂਡ ਬਣੇਗਾ ਤਦ ਉਹਦਾ ਪ੍ਰੋਡਕਟ ਵਿਕੇਗਾ ਜੀ, ਜੇ ਅਸੀਂ ਪਹਿਲੀ ਕਮਾਈ ਸੋਚਾਂਗੇ ਤਾਂ ਸ਼ਾਇਦ ਇਹ ਨਹੀਂ ਹੋ ਸਕੇਗਾ, ਅੱਛੀ ਚੀਜ਼ ਡਿਲੀਵਰ ਕਰੋਗੇ ਲੋਕ ਪੇ ਕਰਦੇ ਆ। ਮੈਂ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਇੱਕ ਚੀਜ਼ ਕਹਿ ਸਕਦਾ ਸਰ, ਇਹ ਪਾਣੀ ਦੀ ਬੋਟਲ ਜਿਹੜੀ 20 ਰੁਪਏ ਦੀ ਆਪਾਂ ਲੈ ਕੇ ਪੀਂਦੇ ਹਾਂ ਅੱਜ ਬਿਸਲੇਰੀ ਦੀ, ਕਿਸੇ ਟਾਈਮ ਜਦੋਂ ਇਹ ਮਾਰਕੀਟ ਦੇ ਵਿੱਚ ਆਈ ਸੀ ਪੈਪਸੀ 6 ਰੁਪਏ ਦਾ ਵਿਕਦਾ ਸੀ ਔਰ ਲੋਕ ਕਹਿੰਦੇ ਸੀ ਵੀ ਪਾਣੀ ਦੀ ਬੋਟਲ ਕੌਣ ਲਊਗਾ ਯਾਰ, ਕੰਪਨੀ ਬੇਵਕੂਫ ਹੈ, ਪਰ ਅੱਜ ਪੈਪਸੀ ਨੂੰ ਲੋਕ ਕਹਿੰਦੇ ਸੌਰੀ ਯਾਰ ਪੀਣਾ ਨਹੀਂ, ਕਿਉਂਕਿ ਆਪਾਂ ਦੇਖਦੇ ਹਾਂ ਕੈਮੀਕਲ ਜੋ ਵੀ ਹੈ, ਚਲੋ ਚਲੋ ਆਪਾਂ ਕਿਸੇ ਬਾਰੇ ਤੁਸੀਂ ਮਾੜਾ ਨਹੀਂ ਕਹਿੰਦੇ, ਬਿਲਕੁਲ, ਪਰ ਪਾਣੀ ਨੂੰ ਹਰ ਬੰਦਾ ਲਾਈਕ ਕਰਦਾ ਵੀ ਇਹ ਪਾਣੀ ਮਿਲ ਗਿਆ ਜੀ, ਇਹ ਉੱਤਮ ਹੈ, ਬਸ ਪਾਣੀ ਇੰਡੀਅਨ ਹੈ, ਤੇ 20 ਰੁਪਏ ਦੀ ਪਾਣੀ ਦੀ ਬੋਟਲ ਲੈ ਕੇ ਪੀਣ ਵਾਲੇ ਲੋਕੀ ਵੀ ਆਪਣੇ ਵਰਗੇ ਸੱਜਣ ਨੇ ਜੀ, ਬਿਲਕੁਲ। ਠੀਕ ਹੈ, ਤਾਂ ਅੱਛੀ ਲਿਵਿੰਗ ਕਿਉਂ ਨਹੀਂ ਚਾਹੀਦੀ ਆਪਣੇ ਬੱਚਿਆਂ ਲਈ, ਆਪਣੇ ਬਜ਼ੁਰਗਾਂ ਲਈ, ਆਪਣੀ ਵਾਈਫ ਲਈ? ਨਹੀਂ ਨਹੀਂ, ਭਾਵੇਂ ਮਾਨਸਾ ਜ਼ਿਲ੍ਹਾ ਅੱਜ ਤੋਂ ਪਹਿਲਾਂ ਪਛੜਿਆ ਜ਼ਿਲ੍ਹਿਆਂ ਵਿੱਚ ਜਾਣਿਆ ਜਾਂਦਾ ਸੀ, ਪਰੰਤੂ ਐਟ ਪ੍ਰੈਜੈਂਟ ਮਾਨਸਾ ਜ਼ਿਲ੍ਹੇ ਦੇ ਵਾਸੀ ਇੰਨੇ ਕੁ ਅਵੇਅਰ ਨੇ ਕਿ ਉਹ ਆਪਣਾ ਲਾਈਫ ਸਟਾਈਲ ਹੌਲੀ ਹੌਲੀ ਚੇਂਜ ਕਰ ਰਹੇ ਨੇ। ਬਹੁਤ ਜ਼ਿਆਦਾ ਪਿਛਲੇ 2-3 ਸਾਲਾਂ 'ਚ ਮੈਂ ਡਿਫਰੈਂਸ ਦੇਖਿਆ ਜੀ, ਲੋਕਾਂ ਨੂੰ ਮਿਲਦਾ ਨਾ ਜੀ, ਲੋਕਾਂ ਦੇ ਅੰਦਰ ਇੱਕ ਕੁਆਲਿਟੀ ਆਫ ਲਿਵਿੰਗ ਲਈ, ਹੁਣ ਮੈਨੂੰ ਲੱਗਦਾ ਵੀ ਉਹਨਾਂ ਦੇ ਅੰਦਰ ਇੱਕ ਉਹ ਚਾਹੁੰਦੀ ਆ ਵੀ ਅਸੀਂ ਖੁਦ 'ਤੇ ਵੀ ਪੈਸਾ ਖਰਚ ਕਰੀਏ। ਬਿਲਕੁਲ, ਹਰ ਬੰਦਾ ਕਹਿੰਦਾ ਯਾਰ ਵੀ ਪੈਸੇ ਨੇ ਕਿ ਨਾਲ ਜਾਣਾ, ਜੇ ਅਸੀਂ ਅੱਛੀ ਮਤਲਬ ਆਪਣੇ ਬੱਚਿਆਂ ਲਈ ਨਹੀਂ ਜਾਂ ਆਪਣੇ ਮਾਂ ਪਿਓ ਲਈ ਹੀ ਨਹੀਂ ਕੁਛ ਕਰ ਸਕਦੇ, ਕੁਛ ਵੀ ਨਹੀਂ ਹੈ ਜੀ, ਬਹੁਤ ਅੱਛੇ ਰੇਟਾਂ 'ਤੇ ਅਸੀਂ ਚੀਜ਼ ਪ੍ਰੋਵਾਈਡ ਕੀਤੀ ਹੈ। ਸਭ ਤੋਂ ਕਲੋਨੀ ਦਾ ਸਾਡੇ ਤੋਂ ਰੇਟ ਘੱਟ ਸੀ ਜਿਸ ਦਿਨ ਅਸੀਂ ਇਹ ਲਾਂਚ ਕੀਤਾ ਔਰ ਮੈਨੂੰ ਲੱਗਦਾ ਵੀ ਅੱਜ ਸਾਰੀਆਂ ਕਲੋਨੀਆਂ ਨਾਲ ਵੱਧ ਰੇਟ ਹੈ। ਦੇਖੋ ਦੇਖੋ, ਪੈਸੇ ਦਾ ਮੈਟਰ ਹੈ ਹੀ ਨਹੀਂ, ਸਭ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਇੱਕੋ ਹੀ ਅਪੀਲ ਕੀਤੀ ਕਿ ਮੈਂ ਮਾਨਸਾ ਦੀ ਜੰਨਤ ਇਨਕਲੇਵ ਦੇ ਵਿੱਚੋਂ ਪੈਸਾ ਕਮਾਉਣ ਨਹੀਂ ਆਇਆ। ਬਿਲਕੁਲ, ਸਭ ਤੋਂ ਪਹਿਲਾਂ ਸਰ ਦੇਖੋ, ਅਸੀਂ ਆਪਣੇ ਆਪ ਨੂੰ ਇਹ ਚਾਹੁੰਦੇ ਹਾਂ ਵੀ ਪਰਮਾਤਮਾ ਪਹਿਲਾਂ ਸਾਨੂੰ ਇੰਨਾ ਮੌਕਾ ਦਿੱਤਾ ਵੀ ਅਸੀਂ ਆਪਣੇ ਦੇਸ਼, ਆਪਣੇ ਸ਼ਹਿਰ ਲਈ ਦੁਬਾਰਾ ਅਸੀਂ ਕੁਛ ਕਰ ਸਕੀਏ ਦੂਰ ਬੈਠ ਕੇ। ਬਿਲਕੁਲ ਵੀ ਯਾਰ, ਆਪਣੇ ਸ਼ਹਿਰ ਦੂਰ ਨਹੀਂ, ਹੁਣ ਤਾਂ ਤੁਸੀਂ ਰੋਜ਼ ਆਉਂਦੇ ਹਾਂ ਸਾਡੇ, ਚਲੋ ਸਾਡੇ 'ਚ ਇਹ ਲਾ ਕੇ ਚੱਲੋ ਵੀ ਹੁਣ ਕੁਦਰਤੀ, ਚਲੋ ਬਿਜ਼ਨਸਮੈਨ ਆ ਜੀ, ਹਫ਼ਤੇ 'ਚ 2-3 ਦਿਨ ਸਾਡੇ ਚੱਕਰ ਲੱਗਦੇ ਰਹਿੰਦੇ ਨੇ, ਪਰ ਪਰਮਾਤਮਾ ਦੀ ਕਿਰਪਾ ਨਾਲ ਇੰਨਾ ਅੱਛਾ ਲੋਕਾਂ ਦਾ ਰਿਸਪੋਂਸ ਮਿਲਿਆ ਵੀ ਲੋਕ ਕਹਿੰਦੇ ਯਾਰ ਵੀ ਇੱਕ ਹੋਰ ਪ੍ਰੋਜੈਕਟ ਕਰੋ, ਇੱਕ ਹੋਰ ਕਰੋ। ਮੈਂ ਲੋਕਾਂ ਨੂੰ ਇੱਕੋ ਹੀ ਗੱਲ ਕਹਿਣਾ ਵੀਰੇ, ਦੇਖੋ ਜੇ ਤਾਂ ਮੈਂ ਖੇਤਾਂ ਦੇ ਵਿੱਚ ਕੱਟ ਕੇ ਤੁਹਾਨੂੰ ਦੇ ਦਾਂ ਕੋਈ ਚੀਜ਼, ਉਹ ਮਾੜੀ ਗੱਲ, ਉਹ ਤੁਹਾਡੀ ਚੀਜ਼ ਨਾ ਐਪਰੀਸ਼ੀਏਟ ਕਰੂਗੀ ਨਾ ਤੁਸੀਂ ਉੱਥੇ ਰਹਿ ਸਕਦੇ ਹੋ। ਮੈਂ ਚੰਗੀ ਚੀਜ਼ ਲੈਣਾ, ਜਿਸ ਦਿਨ ਮੈਨੂੰ ਕੋਈ ਚੰਗੀ ਚੀਜ਼ ਨਜ਼ਰ ਆਊਗੀ ਆਪਾਂ ਉਸ 'ਤੇ ਫਿਰ ਵਰਕ ਕਰਾਂਗੇ ਜੀ। ਬਿਲਕੁਲ ਬਿਲਕੁਲ, ਕੰਮ ਨੇ ਤਾਂ ਕਰਨਾ ਹੀ ਹੈ ਜੀ, ਅਸੀਂ ਲੋਕ।
ਥੋੜਾ ਥੋੜਾ ਸਾਨੂੰ ਲਾਈਵ ਦਰਸ਼ਨ ਕਰਵਾਓ ਸਰ ਪਲੀਜ਼ ਵੈਲਕਮ ਆਓ ਜੀ ਆਓ ਮੈਨੂੰ ਬੜਾ ਖੁਸ਼ੀ ਹੋਊਗੀ ਤੁਸੀਂ ਆਓ ਅਸੀਂ ਤੁਹਾਡੇ ਦਰਸ਼ਕਾਂ ਨੂੰ ਦਿਖਾ ਸਕੀਏ ਕੀ ਬਣਾ ਰਹੇ ਅੰਦਰ ਅਤੇ ਉਹਨਾਂ ਨੂੰ ਵੀ ਆਪਣੇ ਘਰ ਬੈਠੇ ਪਤਾ ਲੱਗੇ ਜੋ ਇੰਨੀ ਦੂਰ ਗਰਮੀ 'ਚ ਨਹੀਂ ਆ ਸਕਦੇ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਇਹ ਤੁਹਾਡੀ ਸ਼ਾਇਦ ਇਸ ਮੁਹਿੰਮ ਤੋਂ ਬਾਅਦ ਹੀ ਉਹਨਾਂ ਦਾ ਮਨ ਬਣੇ